ਮੇਰੇ ਬੱਚੇਦਾਨੀ ਵਿੱਚ ਰਸੌਲੀਆਂ ਸੀਗੀਆਂ। ਮੋਸਟਲੀ ਡਾਕਟਰਸ ਓਪਨ ਸਰਜਰੀ ਵਾਸਤੇ ਬੋਲ ਰਹੇ ਸੀ, ਤਾਂ ਕਿਸੇ ਆਪਣੇ ਨੋਨ ਡਾਕਟਰ ਨੇ ਇੱਥੇ ਦੇ ਬਾਰੇ ਦੱਸਿਆ ਕਿ ਸਟਾਰ ਹੋਸਪਿਟਲ ਜਾਓ, ਉੱਥੇ ਤੁਹਾਨੂੰ ਦੂਰਬੀਨ ਦੇ ਥਰੂ ਤੁਹਾਡਾ ਆਪਰੇਸ਼ਨ ਹੋ ਜਾਏਗਾ ਔਰ ਤੁਹਾਨੂੰ ਰਿਕਵਰੀ ਨੂੰ ਜ਼ਿਆਦਾ ਟਾਈਮ ਨਹੀਂ ਲੱਗੇਗਾ। ਮੈਨੂੰ ਫੀਲ ਹੀ ਹੁੰਦਾ ਕਿ ਮੈਂ ਬੜਾ ਵੇਟ ਕਰਵਾਇਆ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਮਨਦੀਪ ਸਿੰਘ ਅਤੇ ਮੇਰਾ ਵਾਈਫ ਰੁਪਿੰਦਰ ਕੌਰ, ਆਪਾਂ ਜਲੰਧਰ ਤੋਂ। ਔਰ ਥੋੜ੍ਹੇ ਦਿਨ ਪਹਿਲਾਂ ਤੁਹਾਨੂੰ ਪਤਾ ਲੱਗਾ ਕਿ ਇਹਨਾਂ ਦੀ ਜਿਹੜੇ ਵਿੱਚ ਫਾਈਬਰੋਇਡ ਸੀ, ਅਤੇ ਅਸੀਂ ਓਪਰੇਸ਼ਨ ਤੋਂ ਘਬਰਾ ਰਹੇ ਸੀ। ਮੇਰੇ ਬੱਚੇਦਾਨੀ ਵਿੱਚ ਰਸੌਲੀਆਂ ਸੀਗੀਆਂ, ਅਤੇ ਮੈਂ ਕਾਫੀ ਸਾਰੇ ਡਾਕਟਰਸ ਨੂੰ ਉਸ ਟਾਈਮ 'ਤੇ ਦਿਖਾਇਆ ਹੈ, ਪਰ ਮੋਸਟਲੀ ਡਾਕਟਰਸ ਓਪਨ ਸਰਜਰੀ ਵਾਸਤੇ ਬੋਲ ਰਹੇ ਸੀਗੇ। ਪਰ ਅਸੀਂ ਡਰ ਰਹੇ ਸੀ ਕਿ ਓਪਨ ਸਰਜਰੀ ਕਰਵਾ ਕੇ ਕਾਫੀ ਟਾਈਮ ਰਿਕਵਰੀ ਨੂੰ ਲੱਗ ਜਾਂਦਾ ਹੈ, ਔਰ ਮੇਰਾ ਇੱਕ ਛੋਟਾ ਬੇਟਾ ਹੈ ਅਤੇ ਮੈਨੂੰ ਪ੍ਰੋਬਲਮ ਕਾਫੀ ਜ਼ਿਆਦਾ ਆਉਣੀ ਸੀ, ਅਤੇ ਇਸ ਕਰਕੇ ਮੈਂ ਤੁਹਾਨੂੰ ਕਿਸੇ ਆਪਣੇ ਨੋਨ ਡਾਕਟਰ ਨੇ ਇੱਥੇ ਦੇ ਬਾਰੇ ਦੱਸਿਆ ਕਿ ਸਟਾਰ ਹੋਸਪਿਟਲ ਜਾਓ, ਉੱਥੇ ਤੁਹਾਨੂੰ ਦੂਰਬੀਨ ਦੇ ਥਰੂ ਤੁਹਾਡਾ ਆਪਰੇਸ਼ਨ ਹੋ ਜਾਏਗਾ ਔਰ ਤੁਹਾਨੂੰ ਰਿਕਵਰੀ ਵੀ ਜ਼ਿਆਦਾ ਟਾਈਮ ਨਹੀਂ ਲੱਗੇਗਾ ਔਰ ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ। ਸੋ ਅਸੀਂ ਇੱਥੇ ਆਏ ਅਤੇ ਅਸੀਂ ਇੱਥੇ ਓਪਰੇਸ਼ਨ ਕਰਵਾਇਆ, ਔਰ ਸੱਚ ਸਹੀ ਵਿੱਚ ਹੀ ਅਸੀਂ ਮੈਂ 2 ਜਾਂ 3 ਵੀਕਸ ਵਿੱਚ ਹੀ ਹੁਣ ਬਿਲਕੁਲ ਕਰਦਾ, ਮੈਨੂੰ ਫੀਲ ਹੀ ਨਹੀਂ ਹੁੰਦਾ ਕਿ ਮੈਂ ਓਪਰੇਟ ਕਰਵਾਇਆ ਹੈ। ਔਰ ਇੱਥੇ ਦਾ ਸਟਾਫ ਵੀ ਬਹੁਤ ਅੱਛਾ ਹੈ ਔਰ ਹੋਸਪਿਟਲ ਵੀ ਇਨਵਾਇਰਮੈਂਟ ਵੀ ਬਹੁਤ ਅੱਛਾ ਹੈ, ਬਹੁਤ ਹਾਈਜੈਨਿਕ ਫੀਲ ਹੁੰਦਾ, ਫੀਲ ਹੀ ਨਹੀਂ ਹੁੰਦਾ ਕਿ ਆਪਾਂ ਕਿਸੇ ਹੋਸਪਿਟਲ ਵਿੱਚ ਹਾਂ। ਸੋ ਬਹੁਤ ਅੱਛਾ ਲੱਗਾ ਇੱਥੇ ਟ੍ਰੀਟਮੈਂਟ ਕਰਵਾ ਕੇ। ਲੈਪੋਸਕੋਪੀ ਸਰਜਰੀ ਦਾ ਬੈਨੀਫਿਟ ਸਭ ਤੋਂ ਵੱਡਾ ਹੈ ਕਿ ਇਹਦੇ ਵਿੱਚ ਕੋਈ ਜ਼ਿਆਦਾ ਚੀਰ ਫਾੜ ਨਹੀਂ ਹੁੰਦੀ। ਓਪਨ ਸਰਜਰੀ ਵਿੱਚ ਕਾਫੀ ਸਾਰਾ ਟਾਂਕੇ ਲੱਗਦੇ ਆ ਔਰ ਉਹਨੂੰ ਕਾਫੀ ਰਿਕਵਰੀ ਨੂੰ ਉਸ ਟਾਈਮ ਲੱਗਦਾ, ਬਟ ਇਹਦੇ ਵਿੱਚ 3 ਤੋਂ 4 ਟਾਂਕੇ ਹੁੰਦੇ ਆ ਜਿਹਦੇ ਵਿੱਚ ਮਤਲਬ ਜ਼ਿਆਦਾ ਟਾਈਮ ਹੀ ਲੱਗਦਾ ਉਹਨੂੰ ਰਿਕਵਰੀ ਹੋਣ 'ਚ, ਅਤੇ ਟਾਂਕੇ ਵੀ ਦੂਸਰੇ ਲਗਾਏ ਜਾਂਦੇ ਆ ਕਿ ਜਿਹੜੇ ਇਹਨਾਂ ਨੂੰ ਭਰਵਾਉਣ ਦੀ ਲੋੜ ਨਹੀਂ ਹੁੰਦੀ, ਉਹ ਖੁਦ ਹੀ ਵਿੱਚ ਹੋ ਜਾਂਦੇ ਆ, ਅਤੇ ਸਭ ਤੋਂ ਬੈਸਟ ਚੀਜ਼ ਇਹੋ ਹੀ ਆ। ਬਾਕੀ ਅੱਛਾ ਲੱਗਾ ਇੱਥੇ ਸਭ ਟ੍ਰੀਟਮੈਂਟ ਕਰਵਾ ਕੇ।